तो दोस्तों आइए देखते हैं वल्ला मंडी का एक और शानदार वीडियो। इस वीडियो में हमने कवर किया है एक नुकरा हॉर्स को। वल्ला मंडी जो कि वसाखी पे लगी थी, हमने अपने चैनल पर ऑलरेडी काफी शानदार मुर्रा बफेलोज की वीडियो आपके साथ शेयर कर दी है। इस वीडियो में जो घोड़ा दिखाया गया है ये बहुत ही बेहतरीन घोड़ा है और ये रोडे वाले हॉर्स की लाइन से आता है। वल्ला मंडी में काफी शानदार हॉर्सेज आए थे, मैंने काफी सारे वीडियोज भी बनाए हैं जो कि आपके साथ आने वाले दिनों में हम शेयर करने वाले हैं। जो दर्शक हमारे चैनल पर नए हैं उनसे रिक्वेस्ट है कि हमारे चैनल को सब्सक्राइब करें और पास लगा घंटी का बटन जरूर दबाएं, तभी नई वीडियोस की जानकारी पहुंचेगी आप तक सबसे पहले। वीडियो को लेकर अगर आपका कोई सुझाव है, फीडबैक है, तो उसे भी हमारे साथ कमेंट सेक्शन में जरूर शेयर करें। तो आइए इस हॉर्स की ज्यादा डिटेल जानते हैं। की नाम भाई थोड़ा? केड़ा पिंड तो होंदे जी? ਪਿੰਡ ਸੂਲਪੁਰ ਜੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਨੇੜੇ ਕੋਟ ਬੁੱਟਾ ਜੀ। ਅੱਛਾ, ਇਹ ਘੋੜਾ ਕਿੰਨੀ ਉਮਰ ਦਾ ਜੀ ਤੁਹਾਡਾ? ਇਹ ਘੋੜਾ 6 ਸਾਲ ਦਾ ਹੋਗਾ ਜੀ, ਮਿੰਟੂ ਰੋਡੇ ਵਾਲੇ ਵੱਡੇ ਘੋੜੇ ਦਾ ਬੱਚਾ ਜੀ। ਅੱਛਾ, ਹਾਈਟ ਇਹਦੀ 64 ਪਲੱਸ ਹੈ ਜੀ। ਹਾਂਜੀ, ਬਹੁਤ ਚੰਗਾ ਟੌਪ ਰਿਜ਼ਲਟ ਹੈ ਜੀ, ਡਾਕਟਰ ਸਟੱਡ ਫਾਰਮ ਨੂੰ ਬਿਲੋਂਗ ਕਰਦਾ ਜੀ। ਹਾਂਜੀ, ਤੇ ਇਹ ਮਤਲਬ ਇਹਦੀ ਮਾਂ ਦੀ ਲਾਈਨ ਕਿਹੜੀ ਹੋਈ ਜੀ? ਮਾਂ ਦੀ ਲਾਈਨ ਜੀ ਸਾਹੂ ਕਾਲੀ ਲੈਣ ਦੇ ਵਿੱਚੋਂ ਸੀਗੀ। ਅੱਛਾ, ਆਪ ਇਹ ਮਿੰਟੂ ਰੋਡੇ ਵਾਲੇ ਵੱਡੇ ਘੋੜੇ ਦਾ ਜੀ। ਇਹਦਾ ਛੋਟਾ ਭਾਈ ਅੱਜ ਅੰਕਲ ਜਸਪਾਲ ਖਾਣ ਵਾਲੇ ਦੇ ਘਰੇ ਖੜਾ ਜੀ, ਜੋ 65 ਪਲੱਸ ਖੀਰਾ ਆਇਆ ਜੀ। ਠੀਕ ਆ। ਹਾਂਜੀ, ਇਹਦੀ ਮਾਂ ਨੇ ਬਹੁਤ ਚੰਗੇ ਬੱਚੇ ਰੀਪ੍ਰੈਜ਼ੈਂਟ ਕੀਤੇ ਜੀ। ਤੇ ਤੁਹਾਡਾ ਫੋਨ ਨੰਬਰ ਕੀ ਹੁੰਦਾ ਜੀ, ਕੋਈ ਤੁਹਾਨੂੰ ਪੁੱਛਣਾ ਚਾਹੇ ਇਸ ਘੋੜੇ ਬਾਬਤ? 9465-61468-7474-83-585-88। ਅੱਛਾ, ਤੇ ਇਹਦੀ ਸੇਵਾ ਸੰਭਾਲ ਵਿੱਚ ਕੀ ਕੀ ਕਰਨਾ ਪੈਂਦਾ ਜੀ? ਸੇਵਾ ਸੰਭਾਲ ਵੇਖੋ ਜੀ, ਹੱਥਾਂ ਦੇ ਨਾਲ ਖਰਕਣਾ ਰੋਜ਼ ਦਾ ਜੀ, ਛੋਲੇ ਮੋਠ ਅਤੇ ਨਾਲ ਜੀ ਦਾਲ। ਅੱਛਾ, ਬਾਕੀ ਜੀ ਆਪਣੀ ਜਿੰਨੀ ਵੀ ਉੱਪਰ ਨਿਗਰਾਨੀ ਰੱਖੀ ਜਾਵੇ ਜੀ ਉੱਨੀ ਰੱਖਦੇ ਹਾਂ ਜੀ। ਸਾਰਾ ਪਰਿਵਾਰ ਅਸੀਂ ਇਹ ਰੂਹ ਦੇ ਨਾਲ ਸੇਵਾ ਕਰਦੇ ਜੀ, ਇਹਨਾਂ ਦੀ ਚੰਗੀ ਖਾਸ ਹੀ ਇਹਨਾਂ ਦੇ ਵਿੱਚ ਕਮਾਈ ਹੈ ਜੀ, ਸਾਂਭ ਸੰਭਾਲ ਕਰਦੇ ਜੀ। ਅੱਛਾ ਅੱਛਾ, ਅਤੇ ਤੁਸੀਂ ਨਵੀਂ ਜਨਰੇਸ਼ਨ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਇਹ ਕੰਮ ਕੈਸਾ ਹੈ, ਕਿਸ ਤਰ੍ਹਾਂ ਸਟਾਰਟ ਕੀਤਾ ਜਾ ਸਕਦਾ? ਹਾਂਜੀ ਅੰਕਲ ਜੀ, ਵੇਖੋ ਨਵੀਂ ਜਨਰੇਸ਼ਨ ਨੂੰ ਇਹ ਸੁਨੇਹਾ ਦੇਣਾ, ਕੋਈ ਵੀ ਨਸ਼ਿਆਂ ਦੇ ਵੱਲੋਂ ਹਟ ਕੇ ਬਹੁਤ ਵਧੀਆ ਇੱਕ ਆਪਣੇ ਇੱਕ ਸਹਾਇਕ ਧੰਦਾ ਵਾ ਖੇਤੀ ਦੇ ਨਾਲ ਹਟ ਕੇ। ਜੇ ਆਪਾਂ ਕੋਈ ਚੰਗੀ ਘੋੜੀ ਲੈਂਦੇ ਹਾਂ, ਚੰਗੀ ਹੁੰਦੀ ਤਾਂ ਆਪਾਂ ਨੂੰ ਆਮਦਨ, ਚੰਗੇ ਘੋੜੇ ਤੋਂ ਕ੍ਰੋਸ ਕਰਵਾਓ ਅਤੇ ਚੰਗੀ ਆਪਣੀ ਕਮਾਈ ਦਾ ਇੱਕ ਸਾਧਨ ਹੈ ਜੀ। ਕੋਈ ਵੀ ਇਹ ਲੈਣਾ ਚਾਹੁੰਦਾ ਕਿ ਚੰਗੇ ਕਿਸੇ ਬੰਦੇ ਦੇ ਨਾਲ ਜੀ ਉਹਦੇ ਨਾਲ ਹੱਥ ਰਲਾਓ, ਫਿਰ ਚੰਗੇ ਕਿਸੇ ਘਟੀਆ ਬੰਦੇ ਦੇ ਨਾਲ ਹੱਥ ਰਲਾ ਕੇ ਜੀ ਨੁਕਸਾਨ ਦੇ ਵਿੱਚ ਨਾ ਜਾਓ ਜੀ, ਨਵੀਂ ਜਦੋਂ ਵੀ ਕੰਮ ਸ਼ੁਰੂ ਕਰਨਾ ਜੀ। ਠੀਕ ਹੈ, ਅਤੇ ਜਿਹੜਾ ਤੁਸੀਂ ਇਹ ਦੱਸੋ ਕਿ ਕਿੰਨੇ ਕੁ ਲਾਗਤ ਨਾਲ ਇਹ ਕੰਮ ਸਟਾਰਟ ਹੋ ਜਾਂਦਾ? ਵੇਖੋ ਜੀ, ਲਾਗਤ ਕਮ ਸੇ ਕਮ 1,00,000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ। ਚੰਗੀ ਵਿਸ਼ੇਰੀ ਲੈ ਕੇ ਪਾਲੋ ਜੀ, ਜੋ ਆਪਾਂ ਨੂੰ ਕੱਲ੍ਹ ਨੂੰ ਵਾਧਾ ਕਰੇ। ਇਹ ਨਹੀਂ ਗਾ ਜੀ ਅੱਜ ਆਪਾਂ ਥੋੜ੍ਹੇ ਪੈਸੇ ਲਾ ਕੇ ਕੱਲ੍ਹ ਨੂੰ ਆਪਾਂ ਨੂੰ ਘਾਟੇ ਦੇ ਵਿੱਚ ਜਾਵੇ ਜੀ। ਅੱਜ ਆਪਾਂ ਚੰਗੀ ਕਮਾਈ, ਚੰਗੇ ਘੋੜੇ ਦਾ ਬੱਚਾ ਲੈ ਕੇ ਪਾਲੋ ਜੀ, ਚੰਗੀ ਹਾਈਟ ਕੱਢੇ, ਉਸੇ ਆਪਾਂ ਨੂੰ ਕਮਾਈ ਦਾ ਸਾਧਨ ਬਣਦਾ। ਅਤੇ ਤੁਸੀਂ ਮਹਿੰਗੇ ਤੋਂ ਮਹਿੰਗਾ ਘੋੜਾ ਕਿੰਨੇ ਦਾ ਵੇਚਿਆ ਜੀ ਅੱਜ ਤੱਕ? ਅੱਜ ਤੱਕ ਮੇਰੀ ਟੌਪ ਦਾ ਜੀ 7,35,000 ਰੁਪਏ ਦਾ ਜੀ ਵੇਚਿਆ। 7,35,000 ਦਾ ਵੇਚਿਆ? ਕਿਹੜੀ ਲਾਈਨ ਤੋਂ ਸੀ ਜੀ ਉਹ? ਉਹ ਡੋਡ ਵਾਲੇ ਦਾ ਜੀ। ਅੱਛਾ ਅੱਛਾ, ਨੁਕਰਾਈ ਸੀ ਹੋ ਗਈ? ਨੁਕਰਾਈ ਜੀ। ਅਤੇ ਕੋਈ ਤੁਹਾਡੇ ਤੋਂ ਕੋਈ ਘੋੜੇ ਬਾਬਤ ਜਾਂ ਕਿਸੇ ਕਿਸਮ ਦੀ ਰਾਏ ਲੈਣਾ ਚਾਹੇ ਤਾਂ ਤੁਹਾਡਾ ਫੋਨ ਨੰਬਰ ਦੱਸੋ। 9465-61468। ਹਾਂਜੀ ਹਾਂਜੀ ਸਰ, ਵਟਸਐਪ ਨੰਬਰ ਮੇਰਾ, ਕੋਈ ਵੀ ਜਾਣਕਾਰੀ ਲੈਣੀ ਕਿਸੇ ਵੀ ਵੇਲੇ ਆਪਾਂ ਹਾਜ਼ਰ ਹਾਂ। ਕੀ ਨਾਮ ਕੀ ਹੈ ਤੁਹਾਡਾ? ਸੁਰਿੰਦਰ ਸਿੰਘ ਜੀ, ਸਨ ਆਫ ਗਿਆਨ ਸਿੰਘ। ਹਾਂਜੀ, ਪਿੰਡ ਰਸੂਲਪੁਰ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਨੇੜੇ ਕੋਟ ਬੁੱਟਾ ਜੀ। ਅਤੇ ਕੀ ਆਪਣੇ ਸਟੱਡ ਫਾਰਮ ਦਾ ਕੀ ਨਾਮ ਆਇਆ ਜੀ? ਡਾਕਟਰ ਸਟੱਡ ਫਾਰਮ। ਡਾਕਟਰ ਸਟੱਡ ਫਾਰਮ, ਹਾਂਜੀ। ਅਤੇ ਇਹ ਜਿਹੜੀ ਇਹ ਕਾਠੀ ਹੈਗੀ ਹੈ ਜੀ, ਇਹ ਕੋਈ ਖਾਸ ਖਾਸੀਅਤ ਇਹਦੇ ਵਿੱਚ? ਖਾਸ ਖਾਸੀਅਤ ਜੀ, ਪਾਕਿਸਤਾਨ ਤੋਂ ਮੰਗਵਾਈ ਹੈ ਜੀ। ਅੱਛਾ, ਇਹ ਪਾਕਿਸਤਾਨ ਤੋਂ ਆਈ ਹੈ ਕਾਠੀ? ਟੱਲੇ ਦੀ ਕੱਟੀ ਹੋਈ ਕਾਠੀ ਹੈ ਜੀ, ਬਹੁਤ ਵਧੀਆ। ਅੱਛਾ ਹਾਂਜੀ ਸਰ, ਇਹ ਕਿਤਨੇ ਦੀ ਮਿਲੀ ਜੀ ਤੁਹਾਨੂੰ? ਆਪਾਂ 18,000 ਰੁਪਏ ਦੀ ਲਈ ਹੈ ਜੀ। ਅੱਛਾ, 18,000 ਰੁਪਏ ਜੀ। ਬਾਕੀ ਜੀ ਘੋੜੇ ਦੇ ਬੱਚੇ ਬਹੁਤ ਟੌਪ, ਬਹੁਤ ਚੰਗਾ ਰਿਜ਼ਲਟ ਰੀਪ੍ਰਿੰਟ ਕਰ ਰਿਹਾ ਜੀ, ਚੰਗੇ ਬਾਡੀਦਾਰ, ਚੰਗੇ ਹਾਈਟ ਵਾਲੇ ਬੱਚੇ ਆ ਰਹੇ। ਠੀਕ, ਧੰਨਵਾਦ। ਥੈਂਕ ਯੂ ਸਰ।